बड़ी चंगी गल है कि मेरा नाम दमदमी टकसाल के नाल जुड़िया गया। मैं अपने बारे दस दिता, मैं 16 साल अखंड पीर दी जथे दीआं रहिण सवाईआं अटेंड कीतीआं, कदी मिस नहीं कीता और कदी भी विचों छड के उठ के नहीं गया। और मैं अखंड पीर दी जथे तों अमृत छड्डिआ सी, अज तक मैनूं इह नहीं पता लगा मैं अखंड कीर्तनी आ मैं टकसाली आ। बाबा बलदेव सिंह मैं 21 साल की उम्र बिच बाबा कह लग पे गुरुद्वारे साहब गए, पजामा मेरा होर रंग का, कुर्ता होर रंग का, कुंजी पे चक्के कबड़ा पा लिया, लोगों ने बाबा बना दिता। जिहड़ी मेरी सपोर्ट की सिख कौम ने आप कहते जी, बाद च पुछदा जी मेरे बारे किसी को पता लग गया ना, मैं दस नहीं सकता कि मेरी सपोर्ट की कि मेहनती मैं बोली जा, मैं कुछ दस नहीं सकता। और बाकी खेलियां इंग्लैंड के तो पूरे यूरोप के गिन नहीं सकते, साढ़े बच्चा जितों मर्जी असं जाके कर सकते। गुलाम है, मैं थोड़ा हाँ, तुम मेरे हाँ। मैं पहली बार स्टेज पर पर मैं बेखौफ होके इतने आया, मैं कोई डर नहीं, कोई फिक्र नहीं, मैं की बोलूंगा। मैं कहना मैं सब दुनिया की जोड़ी मर्जी स्टेज पर सद रहा, चलो कोई बाकी नहीं, अपना को रखे नहीं। गुरु गोबिंद सिंह जी ने खालसा पंथ साजिया, क्योंकि एकता की आप गल करते हैं, कह नानक ये नेत्र अंध से सतगुर मिले ग्रह दृष्ट हुई, कहते गूंगा हुआ बाबरा बहरा हुआ कौन, पहाड़ों ते पिंगल पड़िया मारिया सतगुर बाण। ਜਦੋਂ ਵੀ ਅਸੀਂ ਵੱਖ ਵੱਖ ਹੁੰਦੇ ਹਾਂ ਮਰਿਆਦਾ ਦਿੰਦੇ ਹਾਂ, ਅਸੀਂ ਗੁਰਦੁਆਰਾ ਤੇ ਆਹ ਮਰਿਆਦਾ ਲਾਗੂ ਕਰ ਦਿੰਦੇ ਹਾਂ। ਮਰਿਆਦਾ ਗੁਰਦੁਆਰਾ ਤੇ ਲਾਗੂ ਕਰਨ ਵਾਲੀ ਨਹੀਂ, ਮਰਿਆਦਾ ਸਿੱਖਾਂ ਵਾਸਤੇ ਬਣਾਈ ਗਈ। ਕਹਿੰਦਾ ਗੁਰਮੁਖ ਨਾਮ ਦਾਨ ਇਸ਼ਨਾਨ, ਪਹਿਲੇ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤਾ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ, ਤੇ ਦੂਜੇ ਪਾਤਸ਼ਾਹ ਨੇ ਆਪਣੀ ਸਾਨੂੰ ਮਰਿਆਦਾ ਦਿੱਤੀ ਆ ਹੁਕਮ ਮੰਨਣਾ। ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ, ਦਰਗਾਹ ਪੈਂਦਾ ਜਾਏ ਸੀ। ਇਹ ਦੂਜੇ ਪਾਤਸ਼ਾਹ ਦਾ ਹੁਕਮ ਮੰਨਣਾ, ਹੁਕਮ ਮੰਨਣਾ ਗੁਰੂ ਦਾ, ਹੁਕਮ ਮੰਨਣਾ ਸਿੱਖਾਂ ਦਾ। ਜੇਕਰ ਸਿੱਖਾਂ ਨੇ ਸਾਦੇ ਨਾ ਹੁਕਮ ਮੰਨਣ ਵਾਸਤੇ, ਮੈਂ ਆਪਣੇ ਬਾਰੇ ਦੱਸ ਦਿਉ, ਮੈਨੂੰ 25 ਸਾਲ ਪਹਿਲਾਂ ਸੱਦਿਆ, ਤੂੰ ਆਹ ਗਲਤੀ ਕੀਤੀ ਆ। ਮੈਂ ਬਿਲਕੁਲ ਗਲਤੀ ਕੀਤੀ ਸੀ, ਸਜ਼ਾ ਲਾ। ਉਹ ਆਪਸੀ ਵਿਚਾਰ ਕਰਨ ਲੱਗੇ, ਮੈਨੂੰ ਸਜ਼ਾ ਲਾਓ, ਮੈਂ ਸਜ਼ਾ ਲਵਾਉਣ ਵਾਸਤੇ ਆਇਆ। ਹੁਣ ਥੋੜ੍ਹੇ ਚਿਰ ਪਹਿਲਾਂ ਤੂੰ ਬਹਿਸ ਸਹੀ ਨਾ, ਮੈਨੂੰ ਕਮੇਟੀ ਨੇ ਸੱਦਿਆ, ਕਹਿੰਦੇ ਤੂੰ ਮਾਫ਼ੀ ਮੰਗ। ਮੈਂ ਕਿਹਾ ਲਿਖ ਲਈ ਬਾਬਾ, ਲਿਖਤੀ ਰੂਪ 'ਚ ਮਾਫ਼ੀ ਮੰਗ, ਤੂੰ ਪੇਪਰ 'ਚ ਲੈ ਕੇ ਆਵੇ ਇੱਦਾਂ ਦਾ। ਮੈਂ ਕਿਹਾ ਮੈਂ ਇੱਦਾਂ ਦੇ ਪੇਪਰ 'ਤੇ ਮਾਫ਼ੀ ਨਹੀਂ ਮੰਗਣੀ। ਪੱਕਾ ਰਜਿਸਟਰ ਲਿਆ ਉਹ ਜਿਹਦੇ 40-50 ਸਾਲ ਬਾਅਦ ਪਤਾ ਲੱਗੇ ਵੀ ਬਲਦੇਵ ਸਿੰਘ ਨੇ ਮਾਫ਼ੀ ਮੰਗੀ ਸੀ। ਮਾਫ਼ੀ ਮੰਗ ਲਈ ਕਿ ਹੁਣ ਮੈਂ ਹੋਰ ਗੁਰਦੁਆਰੇ ਜਾਵਾਂ, ਕਮੇਟੀਆਂ ਦਾ ਝਗੜਾ ਕਰਾਂ, ਸਭਾ ਕੀਤਿਆਂ ਸਵੇਰ ਦੀ ਦੇਖ ਬਣਾਉਣ ਦੀ ਪੱਕੀ ਸੇਵਾ ਮੇਰੀ। ਮੈਂ ਅੱਜ ਵੀ ਬਣਾ ਗਿਆ 15 ਕਿਲੋ ਦਾ ਬੈਗ ਨਾ ਪਤੀਲੇ 'ਚ ਪਾ ਕੇ,
ਮੈਂ ਅਲੱਗ ਤੇ ਹੱਥ ਰੱਖ ਕੇ ਖਾਤਰਾ ਬਣਾ ਕੇ ਆਇਆ ਇੱਕ ਖਾਤਰਾ ਇੰਨਾ ਮੇਰੇ ਕੋਲ ਮੈਨੂੰ ਮਹਾਰਾਜ ਦਿੱਤਾ ਬਖਸ਼ਿਸ਼ ਆ ਕਿ ਤੁਹਾਡੀ ਦਿੱਤੀ ਬਖਸ਼ਿਸ਼ ਆ ਰੱਬ ਉਹ ਕਿੱਦਾਂ ਤੇ ਤੀਸਰੇ ਪਾਤਸ਼ਾਹ ਸਾਨੂੰ ਜ਼ਿਆਦਾ ਕਰੀ ਦਿੱਤੀ ਕਦੇ ਆਪ ਸਿੱਖ ਸਤਿਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅੰਦਰ ਬਾਣੀ ਬਿਲਕੁਲ ਨਦਰ ਹੋਵੇ ਹਿਰਦੇ ਤਾਂ ਸਮਾਣੀ ਪੀਵੋ ਅੰਮ੍ਰਿਤ ਸਦਾ ਹੋ ਵਰਨ ਜਪਿਓ ਸਾਰ ਪਾਣੀ ਕਹਿ ਨਾਮ ਸਦਾ ਗਾਵੋ ਇਹੀ ਸੱਚੀ ਬਾਣੀ ਹੁਣ ਗੱਲ ਹੀ ਨਹੀਂ ਕਰਨੀ ਆਪਾਂ ਤੇ ਚੌਥੀ ਪਾਤਸ਼ਾਹ ਕਹਿੰਦੇ ਅਸੀਂ ਮਰਿਆਦਾ ਵਾਸਤੇ ਲੱਗੀ ਜਾਂਦੇ ਗੁਰ ਸਤਿਗੁਰ ਕਾ ਜੋ ਸੇਖ ਅਖਾਏ ਗੁਰੂ ਮਨ ਪਾਵੇ ਜਾਂ ਨਾਨਕ ਧੂੜ ਮਗਰ ਤਿਸ ਗੁਰ ਸਿਰ ਕੀ ਤੂੰ ਆਪ ਜਪੇ ਆਪਣਾ ਨਾਮ ਜਪਾ ਮੇਰੇ ਹਿਰਦੇ ਸਤਿਗੁਰ ਵਿਸਰ ਗਈ ਵਿਸਰਦੀ ਗੁਰੂ ਦੀ ਗੁਰੂ ਗੋਬਿੰਦ ਸਿੰਘ ਪੰਜ ਸਿੰਘ ਸਾਜੇ ਖਾਲਸਾ ਪੰਜ ਪੰਜ ਬਾਣੀਆਂ ਲਿਖਦੇ ਸਵੇਰ ਨੂੰ ਸ਼ਾਮ ਨੂੰ ਰਹਿਰਸ ਕੀਰਤਨ ਸੋਹਣਾ ਤੇ ਸਵਾਸ ਸਿਮਰਨ